ਜਮੀਨਾਂ ਨੂੰ ਸਾਨੂੰ ਦਿੱਤਾ ਨਾ 1600 ਰੁਪਿਆ ਕਨਾਲ ਦਾ ਰੇਟ ਹਾਂਜੀ ਤੇ ਜਿਸ ਬੰਦੇ ਕੋਲ 2 ਕਿੱਲੇ ਜ਼ਮੀਨ ਸੀ ਉਹ ਬਾਅਦ ਵਿੱਚ ਵਿਚਾਰਾ ਇੱਕ ਕਨਾਲ ਹੀ ਜ਼ਮੀਨ ਖਰੀਦ ਸਕਿਆ ਕਿਈ ਵਿਚਾਰੇ ਸਾਡੇ ਐਸੇ ਡੈਮ ਉਸਤੀ ਪਰਿਵਾਰ ਸੀ ਜਿਹੜੇ ਕਿ ਆਪਣੇ ਘਰਾਂ ਨੂੰ ਪਲਸਤਰ ਤੱਕ ਨਹੀਂ ਕਰਾ ਸਕੇ ਤੇ ਕਈ ਵਿਚਾਰੇ ਰੋਂਦੇ ਰਹੇ ਧਰਨੇ ਲਾਉਂਦੇ ਰਹੇ ਕਿ ਸਾਨੂੰ ਨੌਕਰੀਆਂ ਦਿਓ ਨੌਕਰੀਆਂ ਦਿਓ 18 20 ਸਾਲ ਧਰਨੇ ਲਾਏ ਉਹਨਾਂ ਦੀਆਂ ਵਿਚਾਰਿਆਂ ਨੂੰ ਨੌਕਰੀਆਂ ਤੱਕ ਨਹੀਂ ਦਿੱਤੀਆਂ ਨਾ 1947 ਜਿਹੜੀ ਘਟਨਾ ਆ ਤੇ ਘਟਨਾ ਤੇ ਸੇਮ ਸਿਸਟਮ ਹੀ ਹੋਇਆ ਉਹਨਾਂ ਨਾਲ ਕਿਉਂਕਿ ਉਹ ਬੰਦੇ ਵੀ ਉਜੜਿਆ ਹੀ ਵੀ ਉਜੜਿਆ ਜਿਹੜੇ ਸਾਡੇ ਵਕੀਲ ਆ ਅੱਜ ਵੀ ਬੋਲਦੇ ਆ ਕਿ ਅੱਜ ਵੀ ਤੁਹਾਨੂੰ ਕਲੇਮ ਮਿਲ ਜਾਣਾ ਹੈ ਕੱਲ ਮਿਲ ਜਾਣਾ ਹੈ ਪਰਸੋਂ ਮਿਲ ਜਾਣਾ ਹੈ ਫਿਰ ਆ ਇੱਕ ਦਿਨ ਪੁੱਛਿਆ ਉਹਨੂੰ ਵਕੀਲ ਨੂੰ ਕਿ 23 ਸਾਲ ਦਾ ਮੁੰਡਾ ਵਿਹੋਗ ਵਿਹੋ ਕੇ ਬੱਚੇ ਹੋ ਜਾਂਦੇ ਆ ਉਹਦੇ ਯਾਰ ਤੇਰੇ ਕੇਸ ਕਿਹੜੇ ਕੋਰਟ ਚ ਲੱਗਾ ਸਾਨੂੰ ਦੱਸ ਦੇਈ ਵੀ ਜਿਹੜੇ ਇੰਨੇ ਦਿਨ ਦਾ ਤੇਰਾ ਸਾਡਾ ਕੋਈ ਮਸਲਾ ਨਹੀਂ ਆਲੋ ਰਿਹਾ ਇਹ ਧੰਮ ਇਨ ਡਾਇਮ ਨੇ ਸਾਡੇ ਲੋਕਾਂ ਦੇ ਸਿਰੋਂ ਅੱਜ ਕਰੋੜਾਂ ਅਰਬਾਂ ਰੁਪਏ ਕਮਾ ਲਿਆ ਛਿਲ ਦੇ ਵਿੱਚ ਉਹ ਮਛਲੀਆਂ ਦੀ ਬੋਲੀ ਕਰਾ ਕਰਾ ਕੇ ਇੰਨੇ ਪੈਸੇ ਕਮਾਏ ਹਨ ਅੱਜ ਦਿਨ ਤੱਕ ਕੋਈ ਪਤਾ ਨਹੀਂ ਲੱਗਿਆ ਨੇ ਪੈਸੇ ਲਾਂਦੇ ਕਿੱਥੇ ਆਏ ਕਈ ਬੰਦੇ ਐਸੇ ਸੀ ਸਾਡੇ ਬਜ਼ੁਰਗ ਜਿਹੜਾ ਪਿੰਡ ਨਹੀਂ ਛੱਡਣਾ ਚਾਹੁੰਦੇ ਫਿਰ ਲਾਸਟ ਟਾਈਮ ਜਾ ਕੇ ਇਹਨਾਂ ਨੇ ਪਾਣੀ ਵਧਾ ਦਿੱਤਾ ਪਾਣੀ ਵਧਾ ਕੇ ਬੰਦਿਆਂ ਨੂੰ ਮਜਬੂਰ ਨੂੰ ਉੱਠਣੇ ਪਿਆ ਫਿਰ ਸਾਡੇ ਕਈ ਬੰਦੇ ਮਰ ਗਏ ਜੀ ਧਰਨੇ ਲਾ ਲਗੇ ਕਿ ਨੌਕਰੀ ਅੱਜ ਮਿਲੇਗੀ ਅੱਜ ਮਿਲੇਗੀ ਉਹ ਤਾਂ ਵਿਚਾਰੇ ਕਈ ਮਰ ਗਏ ਕਈ ਬੁੱਢੇ ਹੋ ਗਿਆ ਧਰਨੇ 23 ਸਾਲ ਹੋ ਗਏ ਧਰਨੇ ਲਾंदे ਨਮਸਕਾਰ ਜੀ ਮੈਂ ਸਰ ਅਸ਼ਵਨੀ ਸ਼ਰਮਾ ਰਣਜੀਤ ਸਾਗਰ ਡੈਮੋਸਤੀ ਬੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਪਿੰਡ ਮੇਰਾ ਪਹਿਲਾਂ ਸਾਟੀ ਸੀ ਮੈਂ ਫੁੰਗੋਤਾ ਸੀ ਫੁੰਗੋਤਾ ਇੱਕ ਪ੍ਰਾਚੀਨ ਪਿੰਡ ਸੀ ਜਿਸ ਵਿੱਚ ਲਗਭਗ ਸਾਰੀਆਂ ਸਹੂਲਤਾਂ ਸੀ ਜਿਸ ਤਰ੍ਹਾਂ ਦਸਵੇਂ ਤੱਕ ਸਕੂਲ ਸੀ ਬਟ ਸਪਲਾਈ ਹੈਲਥ ਸੈਂਟਰ ਬੈਂਕ ਵਗੈਰਾ ਲਗਭਗ ਸਾਰੀਆਂ ਸਹੂਲਤਾਂ ਸੀ ਫਿਰ ਕੀ ਹੋਇਆ ਸਰ 1998 ਵਿੱਚ ਜੇ ਸਾਗਰ ਡੈਮ ਬਣਿਆ ਡੈਮ ਨੇ ਕੀ ਕੀਤਾ ਕਿ ਸਾਡਾ ਪਿੰਡ ਪੂਰਾ ਦਾ ਪੂਰਾ ਅਕਵਾਇਰ ਕਰ ਲਿਆ ਜਿਹੜਾ ਪਿੰਡ ਅਕਵਾਇਰ ਕਰ ਲਿਆ ਸਾਡੇ ਲੋਕਾਂ ਨੂੰ ਬੜੇ ਬਹੁਤ ਹੀ ਘਾਟ ਇਹਨਾਂ ਨੇ ਕਲੇਮ ਦਿੱਤੇ ਤੇ ਜਿਹੜੀਆਂ ਨੌਕਰੀਆਂ ਇਹ ਨੌਕਰੀਆਂ ਚ ਇੱਕ ਫੈਮਿਲੀ ਘਰ ਦੇ ਇੱਕ ਫੈਮਿਲੀ ਨੂੰ ਨੌਕਰੀ ਦਿੱਤੀ ਇਹਨਾਂ ਨੇ ਪਿੰਡ ਕਿੱਥੇ ਸੀ ਤੁਹਾਡਾ ਪਿੰਡ ਫੰਗੋਤਾ ਨਹੀਂ ਇਸ ਜਗ੍ਹਾ ਦੇ ਵਿੱਚ ਸੀ ਇਹ ਸਾਡਾ ਫੰਗੋਤਾ ਪਿੰਡ ਹੀ ਆ ਜੀ ਆ ਜਿੱਥੇ ਹਾਂਜੀ ਤੇ ਇਹਨਾਂ ਨੇ ਸਾਡੀਆਂ ਜ਼ਮੀਨਾਂ ਕੁਐਰ ਕੀਤੀਆਂ ਸਾਡੇ ਤੇ ਇੱਕ ਐਕਟ ਲਾਤਾ 1986 ਲਾਤੀ ਕਿ 1986 ਰਿਕਾਰਡ ਦੇ ਹਿਸਾਬ ਨਾਲ ਜਿਹਦਾ ਰਿਕਾਰਡ ਬਣੇਗਾ ਉਹਨੂੰ ਨੌਕਰੀ ਦੇਣੀ 1998 ਜਿਹੜਾ ਨੇ ਸਾਨੂੰ ਕੁਐਰ ਕੀਤਾ ਤੇ 1986 ਦਾ ਸਾਡੇ ਤੇ ਐਕਟ ਲਾਤਾ ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਘਰ ਸੀ ਘਰਾਂ ਤੇ ਇਹਨਾਂ ਨੇ ਔਲਾਦ ਜੀ ਇੱਕ ਕਿ 54% ਕੱਟ ਲਾਤਾ ਕਿ ਤੁਹਾਨੂੰ ਜਿਹੜਾ ਜਿੱਦਾਂ 48% 42% ਪੈਸੇ ਦੇ ਦਿੰਨੇ ਆ ਬਾਕੀ ਤੁਸੀਂ ਕੋਰਟ ਚ ਜਾ ਕੇ ਲੈਣੇ ਠੀਕ ਹੈ ਜੀ ਘਰਾਂ ਤੇ ਉਹ ਲਾਤਾ ਜ਼ਮੀਨਾਂ ਸਾਨੂੰ ਦਿੱਤਾ ਨਾ 1600 ਰੁਪਿਆ ਕਨਾਲ ਦਾ ਰੇਟ ਹਾਂਜੀ ਤੇ ਜਿਸ ਬੰਦੇ ਕੋਲ 2 ਕਿੱਲੇ ਜ਼ਮੀਨ ਸੀ ਉਹ ਬਾਅਦ ਵਿੱਚ ਵਿਚਾਰਾ ਇੱਕ ਕਨਾਲ ਦੀ ਜ਼ਮੀਨ ਖਰੀਦ ਸਕਿਆ ਕਿ ਵਿਚਾਰੇ ਸਾਡੇ ਐਸੇ ਡੈਮ ਉਸਦੀ ਪਰਿਵਾਰ ਸੀ ਜਿਹੜੇ ਕਿ ਆਪਣੇ ਘਰਾਂ ਨੂੰ ਪਲਸਤਰ ਤੱਕ ਨਹੀਂ ਕਰਾ ਸਕੇ ਤੇ ਕਈ ਵਿਚਾਰੇ ਰੋਂਦੇ ਰਹੇ ਧਰਨੇ ਲਾਉਂਦੇ ਰਹੇ ਕਿ ਸਾਨੂੰ ਨੌਕਰੀਆਂ ਦੇਓ ਨੌਕਰੀਆਂ ਦੇਓ 18 20 ਸਾਲ ਧਰਨੇ ਲਾਏ ਉਹਨਾਂ ਦੀਆਂ ਵਿਚਾਰਿਆਂ ਨੂੰ ਨੌਕਰੀਆਂ ਤੱਕ ਨਹੀਂ ਦਿੱਤੀਆਂ ਸਾ ਜਦ ਕਿ ਹਿਮਾਚਲ ਦੀ ਵੀ ਜ਼ਮੀਨ ਰਣਜੀਤ ਸਾਗ ਡੈਮ ਨੇ ਲਈ ਜੈਂਟਕੇ ਦੀ ਵੀ ਲਈ ਇਹਨਾਂ ਲੋਕਾਂ ਨੂੰ ਉਹਨਾਂ ਨੇ ਕਲੇਮ ਵੀ ਜ਼ਿਆਦਾ ਦਿੱਤੇ ਤੇ ਨੌਕਰੀਆਂ ਵੀ ਸਾਡੇ ਤੋਂ ਜ਼ਿਆਦਾ ਦਿੱਤੀਆਂ ਸਾਨੂੰ ਉਹਨਾਂ ਨੇ ਜ਼ਿਆਦਾ ਮਾਰ ਦਿੱਤੀ ਹੈ ਜੀ ਅੱਛਾ ਉਸ ਤੋਂ ਬਾਅਦ ਸਾਰਾ ਅਸੀਂ ਫਿਰ ਆਪਣੀ ਸੁਸਾਇਟੀ ਬਣਾਈ ਕਿ ਚਲੋ ਸੁਸਾਇਟੀ ਬਣਾ ਕੇ ਕੋਈ ਆਪਣੇ ਪਿੰਡ ਦੇ ਲੋਕਾਂ ਦਾ ਭਲਾ ਹੋ ਜਾਏ ਕੋਈ ਸਕੀਮ ਲਾ ਕੇ ਕਿਸੇ ਤਰੀਕੇ ਨਾਲ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਤਿੰਨ ਵਾਰ ਚਿੱਠੀਆਂ ਲਿਖੀਆਂ ਕਿ ਜਿਹੜੀ ਤੁਸੀਂ 1986 ਸਾਡੇ ਲੋਕਾਂ ਦੇ ਲਈ ਉੱਪਰ ਲਾਈ ਹੈ ਇਹਨੂੰ ਤੋੜਿਆ ਜਾਏ ਜਿਹੜੀ ਪਾਲਸੀ ਨੂੰ ਰਿਵਿਊ ਕੀਤਾ ਜਾਏ ਕਿ ਪਾਲਸੀ ਦੇ ਹਿਸਾਬ ਨਾਲ ਜੇ 1998 ਸਾਨੂੰ ਕਲੇਮ ਦਿੱਤੇ 1998 ਵਿੱਚ ਦੇ ਹਿਸਾਬ ਨਾਲ ਹੀ ਸਾਡੇ ਦੋ ਲੋਕਾਂ ਨੂੰ ਰੁਕਾਵ ਲੈ ਕੇ ਉਸ ਹਿਸਾਬ ਨਾਲ ਨੌਕਰੀ ਦਿੱਤੀਆਂ ਤੇ ਉਹਦਾ ਕੋਈ ਜਵਾਬ ਜੁ ਬਣਾਇਆ ਜੀ ਫਿਰ ਅਸੀਂ ਚੰਨੀ ਸਾਹਿਬ ਕੋਲ ਗਏ ਸੀ ਐਮ ਸਾਹਿਬ ਕੋਲ ਇੱਕ ਦਿਨ ਚੰਡੀਗੜ੍ਹ ਤੇ ਰਾਤ ਨੂੰ ਆਣਾ ਸਾਨੂੰ ਮਿਲਣੇ ਦਿੱਤਾ ਕਹਿੰਦੇ ਕਿ ਸਵੇਰਾ ਮਿਲੋ ਸਵੇਰਾ ਹੀ ਮਿਲਣ ਗਏ ਤਾਂ ਕਹਿੰਦੇ ਜੀ ਕੋਈ ਗੱਲ ਤੁਹਾਡੇ ਮਸਲੇ ਹੱਲ ਹੋ ਜਾਣਗੇ ਬਾ ਚੰਨੀ ਸਾਹਿਬ ਵੀ ਚਲ ਗਏ ਹੁਣ ਸਾਡੇ ਆਮ ਆਦਮੀ ਪਾਰਟੀ ਆਈ ਹੈ ਸਾਨੂੰ ਉਹਨਾਂ ਦੇ ਪੂਰੀ ਆਸ ਹੈ ਕਿ ਸ਼ਾਇਦ ਇਹ ਕੁਝ ਡੈਮੋਸਤੀ ਪਰਿਵਾਰਾਂ ਲਈ ਕੁਝ ਕਰ ਸਕਣ ਮੈਂ ਇੱਕ ਸਾਡੀ ਮੈਡਮ ਸੀ ਐਚ ਡੀ ਐਮ ਇਥੇ ਮੈਂ ਉਹਨਾਂ ਕੋਲ ਗਿਆ ਕਿ ਮੈਡਮ ਜੀ ਜਿਹੜੇ ਬੰਦੇ ਅਕਵਾਇਰ ਹੋਇਆ ਡੈਮੋਸਤੀ ਪਰਿਵਾਰ ਜਿਹੜੇ ਆ ਉਹਨਾਂ ਨਾਲ ਤੇ 1947 ਜਿਹੜੀ ਘਟਨਾ ਆ ਤੇ ਘਟਨਾ ਦਾ ਸੇਮ ਸਿਸਟਮ ਹੀ ਹੋਇਆ ਉਹਨਾਂ ਨਾਲ ਕਿਉਂਕਿ ਉਹ ਬੰਦੇ ਵੀ ਉਜੜਿਆ ਹੀ ਵੀ ਉਜੜਿਆ ਜਦ ਕਿ ਜਿਹੜੀ ਪਾਲਿਸੀ ਬੋਲਦੀ ਹੈ ਕਿ ਬੰਦੇ ਜਦ ਉਜੜਦੇ ਆ ਉਹਨਾਂ ਨੂੰ ਕੋਈ ਐਟ ਟਾਈਮ ਤੇ ਕੋਈ ਕੁਆਟਰ ਬਣਾ ਕੇ ਦਿਓ ਉਹਨਾਂ ਜ਼ਮੀਨ ਦਿਓ ਉਹ ਰਹਿਣ ਲਈ ਉਸ ਤੋਂ ਬਾਅਦ ਆਪਣੇ ਬੰਦੇ ਜ਼ਮੀਨ ਜਿੱਥੇ ਦਿਲ ਕਰੇਗਾ ਖਰੀਦਣਗੇ ਰਹਿਣਗੇ ਐਦਾਂ ਦਾ ਉਹਨਾਂ ਨੂੰ ਕੁਝ ਨਹੀਂ ਕੀਤਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 10 ਸਾਲ ਬਾਅਦ ਇੱਕ ਸਰਬਾ ਕਰਵਾਓ ਪਿੰਡ ਦੇ ਲੋਕਾਂ ਦਾ ਕਿ ਸਾਡੇ ਲੋਕ ਜਿਹੜੇ ਡੈਮ ਉਸ ਦੀ ਪਰਿਵਾਰ ਆ ਕਿ ਉਹ ਖੁਸ਼ ਹੈ ਠੀਕ ਹੈ ਸੈਟ ਹੈ ਕਿ ਨਹੀਂ ਹੈ ਕਹਿੰਦੀ ਕਿ ਐਦਾਂ ਜੀ ਇਹ ਗੱਲਾਂ ਡੈਮ ਦੀਆਂ ਹੈਗੀਆਂ ਡੈਮ ਦੇ ਵਿਭਾਗ ਨਾਲ ਕਰੋ ਜਾ ਕੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਫਰਸਟ ਮੈਜਿਸਟ੍ਰੇਟ ਹੋ ਬਲਗ ਦੇ ਤਦ ਤੁਸੀਂ ਇਦਾਂ ਨਹੀਂ ਗੱਲਾਂ ਕਰ ਰਹੇ ਹੋ ਤਾਂ ਬੜੀ ਮਾੜੀ ਗੱਲ ਹੈ ਤੁਸੀਂ ਲਿਖ ਕੇ ਡੀਸੀ ਸਾਹਿਬ ਨੂੰ ਦੇ ਦਿਓ ਕਹਿੰਦੀ ਨੇ ਨੇ ਤੁਸੀਂ ਡੈਮ 'ਚ ਜਾ ਕੇ ਗੱਲਾਂ ਕਰੋ ਉੱਥੇ ਚੀਫ ਨਾਲ ਗੱਲ ਕਰੋ ਜਾ ਕੇ ਹੁਣ ਸਾਡੇ ਅਫਸਰ ਵਧੀਆ ਆ ਜੀ ਸਾਡਾ ਇਸ ਟਾਈਮ ਡੀਸੀ ਸਾਹਿਬ ਵੀ ਬਹੁਤ ਵਧੀਆ ਹੈ ਐਸਟੀਐਮ ਸਾਹਿਬ ਵੀ ਬਹੁਤ ਵਧੀਆ ਹੈ ਉੱਪਰ ਸਰਕਾਰ ਵੀ ਚੇਂਜ ਹੋਈ ਹੈ ਸਾਨੂੰ ਕਾਫੀ ਜ਼ਿਆਦਾ ਆਸ ਹੈ ਕਿ ਹੁਣ ਸਾਡਾ ਕੋਈ ਨਾ ਕੋਈ ਮਸਲਾ ਹੱਲ ਕਰਨਗੇ ਤੇ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਲੋਕ ਅੱਜ ਵੀ ਧਰਨੇ ਲਾ ਰਹੇ ਨੇ ਡੈਮ 'ਚ ਅੱਜ ਕਿੰਨੇ ਸਾਲ ਹੋ ਗਏ 23 ਸਾਲ ਧਰਨੇ ਲਾंदे ਹੋ ਗਏ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਨਾ ਸਾਨੂੰ ਹਰਾਸ਼ਮੈਂਟ ਕੀਤਾ ਲੋਕਾਂ ਨੂੰ ਸਾਡੇ ਲੋਕ ਵਿਚਾਰੇ ਕਈ ਵਿਚਾਰੇ ਉੱਜੜ ਗਏ ਕਈ ਵਿਚਾਰੇ ਅੱਜ ਵੀ ਕਲੇਮਾਂ ਦੀ ਆਸ ਦੇ ਵਿੱਚ ਆ ਕਿਉਂਕਿ ਜਿਨ੍ਹਾਂ ਤੇ ਲਾਇਆ ਨੇ ਕਟ ਲਾਤਾ 56% ਕਟ ਲਾਇਆ ਜੀ 56% ਕਟਾ ਜਦੋਂ ਤੱਕ ਲੋਕਾਂ ਨੂੰ ਕਈਆਂ ਨੂੰ ਮਿਲਿਆ ਨਹੀਂ ਵਿਚਾਰਿਆਂ ਕਿਉਂਕਿ ਕਈ ਲੋਕ ਵਿਚਾਰੇ ਸਾਡੇ ਸਿੱਧੇ ਸਾਡੇ ਲੋਕ ਹੀ ਪਿੰਡੂ ਇਹ ਉਹ ਕੋਟਾਂ ਤੱਕ ਪੁੱਜੀ ਨਹੀਂ ਸਕੇ ਉਕੇ ਸਾਡੇ ਬਾਈ ਬਾਈ 33 ਸਾਲ ਹੋ ਗਏ ਅੱਜ ਵੀ ਸਾਡੇ ਕੇਸ ਡੈਮ ਦੇ ਵਿੱਚ ਪੈਂਡਿੰਗ ਪਏ ਆ ਲੋਕਾਂ ਨੂੰ ਪਤਾ ਨਹੀਂ ਕਿ ਲੋਕਾਂ ਨੂੰ ਪਤਾ ਇਹ ਚੀਜ਼ ਲੋਕਾਂ ਦੇ ਦਿਮਾਗ 'ਚ ਨਹੀਂ ਆ ਗਈ ਕਿ ਹੁਣ ਸਾਨੂੰ ਕਲੇਮ ਮਿਲਣਗੇ ਕਿ ਨਹੀਂ ਮਿਲਣਗੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ 20 ਸਾਲ ਤੋਂ ਉੱਪਰ ਕੇਸ ਖਾਰਜ ਹੋ ਜਾਂਦੇ ਆ ਜੱਜ ਜੱਜ ਨੇ ਜਿਹੜਾ ਕੇਸ ਹੀ ਖਾਰਜ ਕਰਨ ਦਾ ਕਿ 20 25 ਸਾਲ ਹੋ ਗਏ ਇਹਦਾ ਕਿੱਥੇ ਸੀ ਤੁਸੀਂ ਜਿਹੜੇ ਸਾਡੇ ਵਕੀਲ ਉਹ ਅੱਜ ਵੀ ਬੋਲਦੇ ਆ ਕਿ ਅੱਜ ਵੀ ਤੁਹਾਨੂੰ ਕਲੇਮ ਮਿਲ ਜਾਣਿਆ ਕੱਲ ਮਿਲ ਜਾਣਿਆ ਪਰਸੋਂ ਮਿਲ ਜਾਣਿਆ ਫਿਰ ਆ ਇੱਕ ਦਿਨ ਪੁੱਛਿਆ ਉਹਨੂੰ ਵਕੀਲ ਨੂੰ ਕਿ 23 ਸਾਲ ਦਾ ਮੁੰਡਾ ਵਿਹੋਗ ਵਿਹੋ ਕੇ ਬੱਚੇ ਹੋ ਜਾਂਦੇ ਆ ਉਹਦੇ ਯਾਰ ਤੇਰੇ ਕੇਸ ਕਿਹੜੇ ਕੋਰਟ ਚ ਲੱਗਿਆ ਸਾਨੂੰ ਦੱਸ ਦੇਈ ਵੀ ਜਿਹੜੇ ਇੰਨੇ ਦਿਨ ਦਾ ਤੇਰਾ ਸਾਡਾ ਕੋਈ ਮਸਲਾ ਨਹੀਂ ਆਲੋ ਰਿਹਾ ਤੋ ਵੀ ਸਾਰੇ ਦਈਆਂ ਕੰਮ ਸਾਡੀ ਆਪਣੀ ਇੱਕ ਪੇਮੈਂਟ ਆ ਘਰਾਂ ਦੀ ਉਹ ਅੱਜ ਦਿਨ ਤੱਕ ਸਾਨੂੰ ਨਹੀਂ ਮਿਲੀ ਸਾਨੂੰ ਸਿਰਫ ਜ਼ਮੀਨ ਦੇ ਕੇ ਜਿਹੜੇ ਸਾਡੇ ਪੈਸੇ ਸੀ ਉਹ ਮਿਲਿਆ ਘਰਾਂ ਦੇ ਲਗਭਗ ਸਾਡੇ ਕਈ ਲੋਕਾਂ ਨੂੰ ਘਟੋ ਘਟ ਡੇਢ ਸੌ 200 ਬੰਦਾ ਐਸਾ ਪਰਿਵਾਰ ਆ ਜਿਹਦੇ ਦਿਨ ਤੱਕ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਤੇ ਇਹ ਡੈਮ ਇਨ ਡੈਮ ਨੇ ਸਾਡੇ ਲੋਕਾਂ ਦੇ ਸਿਰੋਂ ਅੱਜ ਕਰੋੜਾਂ ਅਰਬਾਂ ਰੁਪਏ ਕਮਾ ਲਿਆ ਕਿਉਂਕਿ ਉਹ ਰੋਜ਼ ਦੇ ਚਾਰਜ ਹੁੰਟੇ ਚਲਾਉਂਦੇ ਆ ਕਾਫੀ ਮਾਤਰਾ ਵਿੱਚ ਬਿਜਲੀ ਤਿਆਰ ਕਰ ਰਿਹਾ ਝਿਲ ਦੇ ਵਿੱਚੋਂ ਮਛਲੀਆਂ ਦੀ ਬੋਲੀ ਕਰਾ ਕਰਾ ਕੇ ਇੰਨੇ ਪੈਸੇ ਕਮਾਏ ਹਨ ਅੱਜ ਦਿਨ ਤੱਕ ਕੋਈ ਪਤਾ ਨਹੀਂ ਲੱਗਿਆ ਨੇ ਪੈਸੇ ਲਾਂਦੇ ਕਿੱਥੇ ਆਏ ਦੂਜੀ ਗੱਲ ਇਹ ਆ ਕਿ ਨਾ ਤਾਂ ਇਹਨਾਂ ਨੇ ਮਛਲੀ ਦੇ ਅੱਜ ਨਾਲ ਕੋਈ ਵੀ ਪਾਇਆ ਦੇ ਚ ਨਾ ਕੁਛ ਆ ਕਦੇ ਦੇਖਿਆ ਨੇ ਇਹਨਾਂ ਨੂੰ ਵੀ ਪਾਉਂਦੇ ਬੋਲੀ ਕਰਵਾਉਣਾ ਆ ਜਾਂਦੇ ਆ ਬੋਲੀ ਕਰਵਾ ਕੇ ਝਟ ਪੈਸੇ ਲੰਦਿਆ ਇਹਨਾਂ ਨੂੰ ਦੱਸਣਾ ਜ਼ਿਆਦਾ ਕਿ ਇਹ ਪੈਸਾ ਹੀ ਕਿੱਥੇ ਲਾ ਰਿਹਾ ਅਸੀਂ ਤੇ ਚੰਦੇ ਕਿ ਡੈਮ ਉਸਤੀ ਪਰਿਵਾਰਾਂ ਨੂੰ 20% ਦਿੰਦੇ ਅੱਜ ਦਿਨ ਤੱਕ ਕਿ ਲੋ ਇੱਕ ਸਰਬਾ ਕਰਵਾ ਕੇ ਉਹਨਾਂ ਦੇ ਨੰਬਰ ਲਾ ਦਿੰਦੇ ਕਿ ਡੈਮ ਉਸਤੀ ਪਰਿਵਾਰ 100% ਡੈਮ ਉਸਤੀ ਪਰਿਵਾਰ ਸਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਮਾੜੇ ਹਾਲਾਤ ਸੀ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਦਿੰਦੇ ਪਰ ਐਦਾਂ ਦਾ ਕੋਈ ਮਤਲਬ ਨਹੀਂ ਹੈਗਾ ਸਾਰਾ ਇਹ ਸੁਸਾਇਟੀ ਬਣਾਈ ਸੀ ਕਿ ਚਲੋ ਕੱਲ ਨੂੰ ਜਿੱਦਾਂ ਮੱਛਲੀ ਦੀ ਬੋਲੀ ਹੁੰਦੀ ਹੈ ਜਾਂ ਕੋਈ ਵੀ ਬੈਨੀਫਿਟ ਸਾਡੇ ਧਾਰ ਬਲਾਗ ਦੇ ਲੋਕਾਂ ਨੂੰ ਹੋਏਗਾ ਉਸ ਕਮੇਟੀ ਦਾ ਹੀ ਜਿਸ ਪਿਛਲੀ ਵਾਰ ਮੱਛਲੀ ਬੋਲੀ ਦੇਣਗੇ ਤੇ ਆਹੀ ਉਹਨਾਂ ਨੂੰ ਚੀਫ ਸਾਹਿਬ ਨੂੰ ਕਿਹਾ ਕਿ ਆਹੀ ਸਾਰੇ ਸਵਰਚਨ ਨੇ ਕਿ ਡੈਮੋਸਤੀ ਪਰਿਵਾਰ ਜਿਹੜਾ ਮਛਲੀ ਦੀ ਬੋਲੀ ਲੈਣ। ਤੋਂ ਉਹ ਕਹਿੰਦੇ ਤੁਹਾਡੇ ਕੋਲ ਕਿਹੜੀ ਡਾਕੂਮੈਂਟ ਹੈ ਆ ਗਿਆ ਮੈਂ ਬਲਿਆ ਜੀ ਇਹ ਸਾਡੇ ਕੋਲ ਸੁਸਾਇਟੀ ਹੈ ਗਿਆ ਜੀ ਸਾਡੇ ਡੈਮੋਸਤੀ ਵੈਲਫੇਅਰ ਸੁਸਾਇਟੀ। ਉਹ ਕਹਿੰਦੇ ਜੀ ਇਹ ਸੁਸਾਇਟੀ ਨਹੀਂ ਚੱਲਨੇ ਆ ਗਿਆ ਹੈਗੀ ਆ। ਤੁਸੀਂ ਇੱਕ ਪਤਾ ਨਹੀਂ ਕਿਹੜੀ ਲੇਬਰ ਐਂਡ ਕੰਸਟਰਕਸ਼ਨ ਕੋਈ ਸੁਸਾਇਟੀ ਹੁੰਦੀ ਆ। ਕਿ ਉਹ ਸੁਸਾਇਟੀ ਤੁਸੀਂ ਬਣਾਉਂਦੇ ਦਾ ਹੈ ਤੁਹਾਨੂੰ ਪਹਿਲ ਦਾ ਅਧਿਕਾਰ ਦੇ ਸਕਦੇ ਸੀ। ਹਾਂਜੀ। ਤੁਹਾਡਾ ਘਰ ਕਿੱਥੇ ਜੀ ਹੁੰਦਾ ਸੀ ਉੱਥੇ? ਮੇਰਾ ਘਰ ਸਾਰੇ ਸਾਹਮਣੇ ਸਮਝ ਲਓ। ਇਹ ਘਰ ਹੀ ਸਾਡਾ ਇੱਥੇ। ਅੱਛ ਅਸੀਂ ਤਾਂ ਦਸਵੀਂ ਕਰਕੇ ਗਏ ਆ ਸਾਰੇ ਇਥੋਂ ਦਸਵੀਂ ਮੈਂ ਇਹਨਾ ਸਕੂਲਾਂ ਚੋਂ ਪੜ੍ਹ ਕੇ ਗਿਆ ਜੀ ਹਾਂਜੀ ਇਹ ਸਰ ਮਹਿਕਮੇ ਦੇ ਬੰਦੇ ਆਏ ਐ ਐਸਡੀਮ ਆਇਆ ਇਹਨਾਂ ਨੇ ਕਿਹਾ ਕਿ ਚੈੱਕ ਲੈ ਲਓ ਆਪਣੇ ਲੋਕ ਖੁਸ਼ੀ ਖੁਸ਼ੀ ਧੋੜ ਗਏ ਪੈਸੇ ਮਿਲਣ ਲੱਗੇ ਤਾਂ ਜਮੀਨਾਂ ਦੇ ਚੈੱਕ ਝੁੱਕ ਦਿੱਤੇ ਨੇ ਤਾਂ ਦੂਜੇ ਦਿਨਾਂ ਨਾਲ ਜਿੰਨਾ ਬੂਟਾ ਲੱਗਿਆ ਸੀ ਨਾ ਸਾਡੇ ਜਮੀਨਾਂ ਚ ਤਾਂ ਉਸ ਟਾਈਮ ਗਿਆ ਕੋਈ 50 ਰੁਪਏ ਦਾ 100 ਰੁਪਏ ਦਾ ਅੰਬ ਦਾ ਬੂਟਾ ਗਿਆ ਹੋਣਾ ਤੇ ਇਦਾਂ ਗਏ ਬੂਟੇ ਤੇ ਜਿਹੜੇ ਛੋਟੇ ਮੋਟੇ ਬੂਟੇ ਸੀ ਉਹ ਤਾਂ ਬੰਦੇ 20-20 ਰੁਪਏ ਦੇ ਗਏ ਤੇ ਨਾ ਪੂਰਾ ਪਿੰਡ ਦਾ ਸਫਾਇਆ ਕਰਵਾਤਾ ਜੀ ਪੂਰੀ ਲੱਕੜ ਵੜਾਤੀ ਨਾਲੇ ਲੋਕਾਂ ਨੂੰ ਚੈੱਕ ਦਿੱਤੇ ਉਸ ਟਾਈਮ 1600 ਰੁਪਏ ਦੇ ਹਿਸਾਬ ਨਾਲ ਜਿਹੜਾ ਚੈੱਕ ਬਣੇ ਉਹ ਦਿੰਦੇਗੇ ਬੂਟੇ ਬਾਟੇ ਵਢੋਗੇ ਬਾਅਦ ਉਸ ਤੋਂ ਬਾਅਦ ਜਿਲੇ ਬੱਲੇ ਬੱਲੇ ਨਾਲ ਆਪਣੇ ਮਹਿਕਮੇ ਚ ਦਫ਼ਤਰ ਚੋਂ ਕਲੇ ਤੋਂ ਦਫ਼ਤਰ ਚੋਂ ਕੰਦਵਾ ਜਿਹੜੇ ਕਈ ਬੰਦੇ ਐ ਸਹੀ ਸਾਡੇ ਬਜ਼ੁਰਗ ਜਿਹੜਾ ਪਿੰਡ ਨਹੀਂ ਛੱਡਣਾ ਚਾਹੁੰਦੇ ਫਿਰ ਲਾਸਟ ਟਾਈਮ ਜਾ ਕੇ ਇਹਨਾਂ ਨੂੰ ਪਾਣੀ ਵਧਾ ਦਿੱਤਾ ਪਾਣੀ ਵਧਾ ਕੇ ਬੰਦਿਆਂ ਨੂੰ ਮਜਬੂਰ ਨੂੰ ਉੱਠਣੇ ਪਿਆ ਫਿਰ ਸਾਨੂੰ 10000 ਰੁਪਏ ਉਹ ਜਨਰਲ ਲੋਨਸ ਦਿੱਤਾ ਨਾਲ ਆਹ ਉਹਦੇ ਲਈ ਧਰਨਾ ਲਾਇਆ ਮਾਸਟਰ ਮੋਨ ਲਾਲ ਸਿੰਘ ਉਸ ਟਾਈਮ ਮੰਤਰੀ ਸਾਡਾ ਉਹ ਆਇਆ ਨਾਲੇ ਉਸ ਟੈਂਮ ਐਸਟੀਓ ਮਤੇ ਡੀਸੀ ਲਾ ਕੇ ਆਇਆ ਜੀ ਉਹ ਕਿ ਲੋਕਾਂ ਨਾਲ ਉੱਥੇ ਇਕੱਠੇ ਹੋਗੇਗੀ ਠੀਕ ਹੈ ਜਿਹੜਾ ਲੋਨ 10000 ਰੁਪਏ ਕੁਝ ਜ਼ਿਆਦਾ ਨਹੀਂ ਹੈਗਾ ਘਟੋੜ 50000 60000 ਰੁਪਏ ਉਹ ਜਿਹੜਾ ਲੋਨ ਉਸ ਦਿਓ ਤੇ ਇਹਨਾਂ ਨੇ ਉਸ ਟੈਂਮ ਇੱਕ ਉਸ ਟੈਂਮ ਇਹਨਾਂ ਨੇ ਕਿਹਾ ਕਿ ਤਾ ਮਾਸਟਰ ਮੋਲ ਆਣਾ ਆਪਣੇ 3-4 ਬੰਦੇ ਤਿਆਰ ਕੀਤੇ ਕਿ ਤੁਸੀਂ 2-3 ਬੰਦੇ ਚੱਕ ਲੈ ਲਿਓ ਬਾਕੀ ਨਹੀਂ ਲੈਣਗੇ ਕੋਈ ਗੱਲ ਨਹੀਂ ਤੇ ਇਹਨਾਂ ਨੇ ਭੀੜ ਭੜਕ ਕੇ ਜਾ ਕੇ 2-3 ਬੰਦਿਆਂ ਨੂੰ 10000 ਰੁਪਏ ਦਾ ਚੱਕ ਦਿੱਤਾ ਤੇ ਬਸ ਆਪਣਾ ਸਿਸਟਮ ਸੈੱਟ ਕਰਕੇ ਚੱਲ ਗਏ ਉਜੜਨ ਉਸ ਵੀ 10000 ਰੁਪਿਆ ਪੂਰੀ ਫੈਮਿਲੀ ਨੂੰ ਨਹੀਂ ਮਿਲਿਆ ਉਹ ਵੀ ਕੋਈ ਮੱਸਾ 50% ਲੋਕਾਂ ਨੂੰ ਦਿੱਤਾ ਅੱਜ ਇਹਨਾਂ ਕੋਲ ਰਿਕਾਰਡ ਪੁੱਛੀਏ ਨਾ ਦਫ਼ਤਰਾਂ ਵਿੱਚ ਦੈਮ ਵਿਭਾਗ ਦੇ ਜਿੰਨੇ ਦਫ਼ਤਰਾਂ ਇੰਨਾ ਛਿੰਕ ਲੱਗੇ ਹੋਣੀਆਂ ਇਹਨਾਂ ਦੇ ਕਾਜਾਂ ਚ ਇਹਨਾਂ ਨੂੰ ਬੋਲੀਏ ਸਾਾਨੂੰ ਆਪਣੇ ਜ਼ਮੀਨਾਂ ਦੇ ਕਾਜ ਲੈ ਆ ਕੇ ਦਿਓ ਸਾਡੇ ਘਰਾਂ ਦੇ ਨਕਸ਼ੇ ਜਿਹੜੇ ਤੁਸੀਂ ਰੱਖਿਆ ਕਿੱਥੇ ਨੋ ਤੇ ਇਹਨਾਂ ਕੋਲ ਕਿਸੇ ਕੋਲ ਇੱਕ ਨਹੀਂ ਹੋਏਗਾ ਹਾਂਜੀ ਭਾਈ ਉਹ ਜਿਹੜੇ ਪਰਿਵਾਰ ਸੀ ਉਹ ਨੇੜੇ ਹੀ ਰਹਿੰਦੇ ਹੁਣ ਕਿਸੇ ਇੱਥੋਂ ਵੀ ਕਿਤੇ ਹੋਰ ਕਿਤੇ ਜਾਵੜੇ ਇੱਥੋਂ ਸਾਰੇ ਜਿਲ੍ਹੇ ਪਰਿਵਾਰ ਉੱਠਿਆ ਫਮੋਤਾ ਕੋ ਕਾਫੀ ਵੱਡਾ ਪਿੰਡ ਸੀ ਜਿਲਾ ਉੱਠਿਆ ਜੀ ਉੱਥੋਂ ਤੇ ਇੱਥੋਂ ਲੱਗੇ ਪਠਾਨਕੋਲ ਚਲ ਗਿਆ ਕੋਈ ਕੋਈ ਜੁਗਿਆਲ ਚਲ ਗਿਆ ਕੋਈ ਧਾਰ ਚਲ ਗਿਆ ਕੋਈ ਲਾਗੇ ਛਾਗੇ ਪਿੰਡਾਂ 'ਚ ਰਹਿਣ ਲੱਗੇ ਅਸੀਂ ਲੋਕਾਂ ਨੂੰ ਉਸ ਟੈਂਪ ਸਮਝਾਇਆ ਇਹ ਸਾਡੀ ਗਵਰਨਮੈਂਟ ਜਿਹੜੀ ਸਾਡੀ ਇਹ ਹੀ ਨੇਤੇ ਹੈ ਇਹਨਾਂ ਨੂੰ ਸਮਝਾਉਣਾ ਚਾਹਦਾ ਸੀ ਕਿ ਇੱਕ ਪਿੰਡ ਲੈ ਲਓ ਪੂਰਾ ਹੀ ਹੂੰ ਦੋ ਪਿੰਡ ਲੈ ਲਓ ਤੁਹਾਨੂੰ ਸਾਰੀਆਂ ਬੈਨੀਫਿਟ ਦੇਵਾਂਗੇ ਉੱਥੇ ਪੂਰੀਆਂ ਸਹੂਲਤਾਂ ਦੇਵਾਂਗੇ ਇਦਾਂ ਦੇ ਕਿਸੇ ਨੇ ਕੋਈ ਕੁਝ ਨਹੀਂ ਕੀਤਾ ਜੀ ਕਿਆ ਰਾਜਨੀਤਿਕ ਲੋਕ ਇਹ ਜਿੰਨੇ ਵੀ ਉਸ ਟਾਈਮ ਉਹਨਾਂ ਨੇ ਵੀ ਸਾਡੇ ਨਾਲ ਕਾਫੀ ਧੱਕਾ ਕੀਤਾ ਤੇ ਰਾਜਨੀਤੀ ਲੋਕਾਂ ਨੇ ਵੀ ਕੀਤਾ ਪ੍ਰਸ਼ਾਸਨ ਨੇ ਵੀ ਸਾਡੇ ਨਾਲ ਡੈਮ ਉਸਤੀ ਜਿਹੜੇ ਡੈਮ ਬਮਾਗਾ ਹਨ ਤਾਂ ਪੂਰਾ ਸਾਡੇ ਨਾਲ ਧੱਕਾ ਕੀਤਾ ਕਿਉਂਕਿ ਨਾ ਨਵੇਂ ਬੰਦੇ ਆਏ ਐਸੇ ਐਸੇ ਵਿੱਚ ਮਹਿਕਮੇ ਦੇ ਬੰਦੇ ਉਹਨਾਂ ਨੇ ਰਾਤੋਂ ਰਾਤ ਘਰ ਬਣਾਏ ਇੱਕ ਤਾਂ ਉਹਨਾਂ ਕੋਲ 86 ਰਿਕਾਰਡ ਆ ਗਏ ਦੂਜਾਂ ਕੋਲ ਕਲੇਮ ਵੀ ਜ਼ਿਆਦਾ ਬਣ ਗਿਆ ਕਿਉਂਕਿ ਉਹਨਾਂ ਨੇ ਪੈਸੇ ਦਿੱਤੇ ਜਾਂ ਕੀ ਹੈ ਪੈਸੇ ਦੇ ਕੇ ਬਣਾਇਆ ਹੋਵੇਗਾ ਜਾਂ ਸ਼ਵਾਰਚ ਲੈ ਗਏ ਨੌਕਰੀਆਂ ਵੀ ਲੈ ਗਏ ਕਲੇਮ ਵੀ ਜ਼ਿਆਦਾ ਲੈ ਗਏ ਸਾਡੇ ਲੋਕਾਂ ਨੂੰ ਤੇ ਜਿਹਨਾਂ ਵਿਚਾਰਿਆਂ ਨੇ ਉਸ ਲਈ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਕਲੇਮ ਵੀ ਘੱਟ ਮਿਲੇ ਦਨੋਕਰੀਆਂ ਲਈ ਅੱਜ ਜਿਹੜੇ ਪੈਸੇ ਜਿਹੜੇ ਉਸ ਟਾਈਮ ਬੰਦੇ ਪੈਸੇ ਦੇ ਕੇ ਨੌਕਰੀ ਲਾਗੇ ਲਾਗੇ ਸਾਡੇ ਬੰਦੇ ਵਿਚਾਰੇ ਧਰਨੇ ਲਾਉਂਦੇ ਰਹ ਗਏ ਕੋਈ ਦਿਮਾਗੀ ਤੌਰ ਤੇ ਵੀ ਡਿਸਟਰਬ ਹੋਇਆ ਸਾਡੇ ਕਈ ਬੰਦੇ ਮਰ ਗਏ ਜੀ ਧਰਨੇ ਲਾ ਲਾ ਕੇ ਕਿ ਨੌਕਰੀ ਅੱਜ ਮਿਲੇਗੀ ਅੱਜ ਮਿਲੇਗੀ ਉਹ ਤਾਂ ਵਿਚਾਰੇ ਕਈ ਮਰ ਗਏ ਕਈ ਬੁੱਢੇ ਹੋ ਗਿਆ ਧਰਨੇ 23 ਸਾਲ ਹੋ ਗਏ ਧਰਨੇ ਲਾਉਂਦੇ ਹਾਂਜੀ ਇਹ ਸਰ ਇੱਕ ਅਸੀਂ ਬਹੁਤ ਬਹੁਤ ਧੰਨਵਾਦਿਆਂ ਵਰਲਡ ਲਾਈਫ ਵਿਭਾਗ ਦੇ ਡੀ ਐਫਓ ਦੇ ਔਰ ਨਾਲ ਸਾਡਾ ਇੱਕ ਸਾਡਾ ਆਮ ਆਦਮੀ ਪਾਰਟੀ ਦਾ ਹੁਣ ਇਸ ਟਾਈਮ ਨੁਮਾਇੰਦਾ ਗਾ ਮੈਂ ਤੁਮੰਟੂ ਉਹਨਾਂ ਬੰਦਿਆਂ ਵਿੱਚ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡੇ ਪਿੰਡਾਂ ਦੇ ਸਰਪੰਚਾ ਗਿਆਠਾਕਰ ਚੈਨ ਸਿੰਘ ਠਾਕਰ ਕਰਨ ਸਿੰਘ ਰਕੇਸ਼ ਕੁਮਾਰ ਸਮਤੀ ਮੈਂਬਰ ਇਹਨਾਂ ਬੰਦਿਆਂ ਸਾਰਿਆਂ ਨੇ ਮਿਲ ਕੇ ਕਿੱਥੇ ਪ੍ਰੋਜੈਕਟ ਜਿਹੜਾ ਹੈ ਇਹਨਾਂ ਨੂੰ ਵਿਭਾਗ ਨੂੰ ਦੱਸ ਕੇ ਕਿ ਇੱਥੇ ਇੱਕ ਪ੍ਰੋਜੈਕਟ ਟੂਰਿਜ਼ਮ ਦਾ ਚਲਾਇਆ ਜਾਏ ਜਿਹੜੇ ਸਾਡੇ ਡੈਮ ਉਸਤੀ ਪਰਿਵਾਰ ਆ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਸਕੇ ਤੇ ਬਰਡ ਲਾਈਫ ਦੇ ਵਿਭਾਗ ਨੇ ਸਾਡੇ ਨਾਲ ਬਹੁਤ ਜ਼ਿਆਦਾ ਹੈਲਪ ਕੀਤੀ ਇਸ ਪ੍ਰੋਜੈਕਟ ਨੂੰ ਪਾਸ ਕਰਾਉਣ ਲਈ ਤੇ ਜਿਹੜੇ ਜਿਹੜੇ ਸਾਡੇ ਇਸ ਟਾਈਮ ਡੀਸੀ ਸਾਹਿਬ ਐਸ ਡੀ ਐਮ ਸਾਹਿਬ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਤੇ ਇੱਕ ਫੂਮੋਤਾ ਬੈਲੀ ਇੱਕੋ ਡਿਵੈਲਪਮੈਂਟ ਕਮੇਟੀ ਬਣਾ ਕੇ ਥੇ ਤੇ ਇੱਕ ਸਾਨੂੰ ਪ੍ਰੋਜੈਕਟ ਦਿੱਤਾਗਾ ਸਾਡੇ ਲੋਕਾਂ ਨੂੰ ਦਿੱਤਾਗਾ ਕਿ ਤੁਸੀਂ ਆਪਣਾ ਰੁਜ਼ਗਾਰ ਚਲਾਓ ਥੇ ਤੇ ਆਪਣੇ ਆਣ ਵਾਲੇ ਸਮੇਂ 'ਚ ਜਿਹੜਾ ਹੈ ਆਪਣਾ ਇਨਕਮ ਦਾ ਸਾਧਨ ਬਣਾਓ ਹਾਂਜੀ ਤੇ 4 ਘੰਟੇ ਹੋਇਆ ਚੱਲਦੇ ਜੀ ਅਸੀਂ ਪੂਰਾ ਜੋਰ ਲਾ ਰਹੇ ਹਾਂ ਅਸੀਂ ਮੈਂ ਕੈਸ਼ਰ ਹਾਂ ਉਸ ਕਮੇਟੀ ਦਾ ਹਾਂਜੀ ਤੁਸੀਂ ਕਿਤਾਬ ਵੀ ਲਿਖ ਰਹੇ ਹੋ ਕਿਤਾਬ ਸਾਰੇ ਫਿਰ ਇਹ ਜਿਹੜਾ ਪ੍ਰੋਜੈਕਟ ਚੱਲ ਪਿਆ ਦਾ ਸਾਡੇ ਇੱਕ ਬਜ਼ੁਰਗ ਸਮਝਾਉਂਦੇ ਹੁੰਦੇ ਕਿ ਇਹ ਜਿਹੜਾ ਪਿੰਡ ਹੈਗਾ ਤੀਜੀ ਵਾਰ ਬਸ ਤਿੰਨ ਵਾਰ ਬਸਣਾ ਹੈਗਾ ਇਹਨਾਂ ਪਿੰਡ ਨੇ ਦੋ ਵਾਰ ਤਾਂ ਪਹਿਲਾਂ ਕਹਿੰਦੇ ਬਸ ਚੁੱਕਦਾ 100-100 ਸਾਲ ਪਹਿਲੇ 100 ਸਾਲ ਪਹਿਲਾਂ ਪਿੰਡੀ ਸੀ ਉਸ ਤੋਂ ਬਾਅਦ ਫੰਗੋਤਾ ਜ਼ਿਲ੍ਹੇ ਦੁਬਾਰਾ ਦੂਜਾ ਦੂਜੀ ਵਾਰ ਉੱਜੜ ਗਿਆ ਹੁਣ ਕਹਿੰਦੇ ਕਿ ਤੀਜੀ ਵਾਰ ਦੁਬਾਰਾ ਬਸੇਗਾ ਇਹ ਸੋਚਿਆ ਪਤਾ ਨਹੀਂ ਬਸੇਗਾ ਨਹੀਂ ਬਸੇਗਾ ਪਰ ਹੁਣ ਜਿਸ ਟਾਈਮ ਸਾਡਾ ਪ੍ਰੋਜੈਕਟ ਚੱਲਿਆ ਸਾਨੂੰ ਲੱਗਣ ਲੱਗਾ ਕਿ ਵਾਕਈ ਤੀਜੀ ਵਾਰ ਵੀ ਪਿੰਡ ਬਸ ਜਾਏਗਾ ਸਾਨੂੰ ਪੂਰੀ ਆਸ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸਾਡਾ ਦਾ ਕਰੇ ਕਰੇਗੀ ਸੁਧਾਰ ਪੂਰੇ ਪੰਜਾਬ ਦਾ ਕਰੇਗੀ ਹਾਂਜੀ ਸਰ ਅਸੀਂ ਕਿਤਾਬ ਲਿਖ ਰਹੇ ਹਾਂ ਜੀ ਮੈਂ ਹੁਣ ਮੇਰੇ ਸਾਡੇ ਦਿਮਾਗ ਚ ਆਈ ਗੱਲ ਕਿ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਪਿੰਡ ਜਿਹੜਾ ਦਿਵਾਰੀ ਜਾਗੇਗਾ ਤਾਂ ਇਹ ਕਿਤਾਬ ਲਿਖ ਰਹੇ ਹਾਂ ਪੁੰਨਯਤ ਜੀਵਿਤ گاؤں ਕਿ ਪਹਿਲਾਂ ਕੀ ਸੀ ਇਸ ਵਿੱਚ ਤਾਂ ਹੁਣ ਕੀ ਹੋ ਰਿਹਾ ਉਹਦੀ ਸਾਰੀ ਸਟੋਰੀ ਪਾਵਾਂਗੇ ਉੱਥੋਂ ਦੀ ਖੇਤੀਬਾੜੀ ਦੇ ਸਾਧਨ ਕੀ ਸੀ ਪਹਿਲਾਂ ਉਹ ਪਾਵਾਂਗੇ ਉੱਥੋਂ ਦਾ ਧਾਰਮਿਕ ਸਿਸਟਮ ਕੀ ਸੀ ਉਹ ਵੀ ਪਾਵਾਂਗੇ ਜਿਹੜਾ ਉਸ ਟਾਈਮ ਦੀਆਂ ਸਾਰਾ ਸਿਸਟਮ ਸੀ ਨਾ ਅਸੀਂ ਬੁੱਕ 'ਚ ਪਾਉਂਗੇ ਪੁਰਾਣੀਆਂ ਫੋਟੋ ਆਹੀ ਮੰਗਾ ਰਿਆਂ ਰੱਖ ਰਿਆਂ ਜਿਹੜੀਆਂ ਨਵੀਆਂ ਖਿੱਚ ਰਿਆਂ ਇਹ ਸਾਰਾ ਇੱਕ ਕੈਲਕੂਲੇਸ਼ਨ ਕਰਕੇ ਆਹੀ ਇਹਨੂੰ ਇੱਕ ਸ਼ੇਅਰ ਕਰਾਂਗੇ ਬਾਅਦ 'ਚ ਬੁੱਕ ਨੂੰ ਪੁਨਰਜੀਵਤ گاؤں ਜਿਹੜਾ ਅਸੀਂ ਦੁਬਾਰਾ ਜੀ ਵਿਸਾਲਿਆ ਵਿਸਾਲਿਆ ਪਿੰਡ ਸਾਡੇ ਇੱਥੇ ਖੂਹ ਹੁੰਦੇ ਸੀ ਜਿਆਦਾ ਉਸ ਟਾਈਮ ਖੂਹਾਂ 'ਚ ਜੋ ਲੋਕ ਪਾਣੀ ਭਰਦੇ ਸੀ ਤੇ ਬਾਕੀ ਦਾ ਸਿਸਟਮ ਪਿੰਡੂ ਹੀ ਲੋਕ ਭੋਲੇ ਭੋਲੇ ਪਾਲੇ ਲੋਕ ਸੀ ਪਰ ਇੱਕ ਗੱਲ ਸੁਣੋ ਵੀ ਸਾਡੇ ਕਈ ਪਿੰਡਾਂ 'ਚ ਹੁਣ ਸਕੂਲ ਖੁੱਲ ਰਿਹਾ ਦਸਵੀਂ ਤੱਕ ਡਿਸਪੈਂਸਰੀਆਂ ਖੁੱਲ ਰਿਹਾ ਉਹ ਉੱਥੇ ਦਾ ਜਦੋਂ 25 ਸਾਲ ਪਹਿਲੇ ਡਿਸਪੈਂਸਰੀਆਂ ਸਕੂਲ ਬੈਂਕ ਸੀ ਹਾਂਜੀ ਕਿ ਲੋਕਾਂ 'ਚ ਏਕਤਾ ਬਹੁਤ ਸੀ ਬੱਸਾਂ ਰੋਡਵੇਜ਼ ਦੀਆਂ ਤੱਕ ਚਲਦੀਆਂ ਸੀ 35 ਸਾਲ ਪਹਿਲੇ ਰੋਡਵੇਜ਼ ਦੀ ਬੱਸ ਇੱਕ ਹੋਰ ਸਕਾਜ ਬੱਸ ਪ੍ਰਾਈਵੇਟ ਹੁੰਦੀ ਸੀ ਸਾਡੇ ਪਿੰਡ ਲਈ ਸਪੈਸ਼ਲ ਬੱਸਾਂ ਲੱਗੀਆਂ ਸੀ ਪਿੰਡ ਕਿਉਂ ਜਿਹੜਾ ਕੋਈ ਹੋਰ ਵੀ ਸੀ ਸਾਡੇ ਇੱਕ ਪਿੰਡ ਦਾ ਪੂਰਾ ਜੜਿਆਣਾ ਫੋਤਾ ਤੇ ਇੱਕ ਨਾਲ ਹੀ ਦਰਗੋਆ ਬੰਗਲਾ ਪਿੰਡੀ ਸੀ ਦੋ ਪਿੰਡ ਉਜੜਿਆ ਜੀ ਇਦਾਂ ਤਾਂ بڑے ਪਿੰਡੂ ਜੜਿਆ ਜਦੋਂ ਕਿਸੇ ਦੀ 10% ਜ਼ਮੀਨ ਗਈ ਹੈ ਕਿਸੇ ਦੀ 15% ਗਈ ਹੈ ਪਰ ਜਦਾ ਮਾਰ ਜਿਹੜੀ ਵੱਜੀ ਹੈ ਸਾਡੇ ਦੋ ਪਿੰਡ ਦਾ ਪੂਰੇ ਪੂਰੇ ਚਲ ਗਏ ਇੱਧਰ ਕੂਹਾ ਬੰਗਲਾ ਤੇ ਫੂੰਗੋਤਾ ਹਾਂਜੀ ਇਹ 10-10% ਬਚਿਆ ਹੁਣ ਇਹ ਪੂਰਾ ਬਾਰਡਰ ਤੇ ਆ ਹੈਨਾ ਹਾਂਜੀ ਤੇ ਉਧਰ ਆ ਹੋਗਾ ਇਹ ਜੈਂਟ ਕੇ ਸਰ ਅੱਛਾ ਇਹ ਬਸੋਲੀ ਹੈਗਾ ਪਰਾਚੀਨ ਹੈ ਇੱਥੇ ਰਾਜਿਆਂ ਦਾ ਰਾਜਿਆਂ ਦਾ ਪਿੰਡ ਹੁੰਦਾ ਸੀ ਇਹ ਪਹਿਲਾਂ ਹਾਂਜੀ ਤੇ ਇੱਥੇ ਮਹਿਲ-ਮੂਲ ਬਣਿਆ ਰਾਜਿਆਂ ਦੇ ਬਕੇ ਹੈ ਇਸ ਦੇ ਤਹਿਸੀਲ ਹੈਗੀ ਹੈ ਡਿਸਟ੍ਰਿਕਟ ਠੂਏ ਦਾ ਤੁਸੀਂ ਬਾਬਾ ਬੰਦਾ ਸਿੰਘ ਬਾਦਰ ਦੀ ਗੱਲ ਵੀ ਦੱਸਦੇ ਹੋ ਇਹ ਇੱਥੇ ਬੰਦਾ ਸਿੰਘ ਬਾਦਰ ਗੁਰੂ ਗੋਬਿੰਦ ਸਿੰਘ ਨੇ ਬਸੋਲੀ ਦੀ ਜਿੱਤ ਪ੍ਰਾਪਤ ਕੀਤੀ ਸੀ ਹਾਂਜੀ ਇੱਥੇ ਲੜਾਈ ਹੋਈ ਹੋਊਗੀ ਕਦੀ ਇੱਕ ਮੇਨ ਪੁਆਇੰਟ ਹੈਗਾ ਇੱਥੇ ਦੂਜੀ ਗੱਲ ਇੱਥੇ ਲੋਕ ਸ਼ਿਲਪਕਾਰ ਜ਼ਿਆਦਾ ਸੀ ਸੁਨਿਆਰੇ ਜ਼ਿਆਦਾ ਸੀ ਤੀਜੀ ਗੱਲ ਬੈਦ ਬਹੁਤ ਜ਼ਿਆਦਾ ਹੱਥ ਬੈਦ ਜਿਹੜਾ ਆ ਕਿ ਬਗੈਰ ਮੂੰਹ ਦੇਖ ਕੇ ਬੰਦੇ ਦਾ ਬੰਦੇ ਦਾ ਸਾਰਾ ਸਿਸਟਮ ਦੇਖ ਲੈਂਦੇ ਆ ਹਾਂਜੀ